ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬੈਠੇ ਹਾਂ ਲੋਹਗੜ੍ਹ ਦਾ ਮੋਰਚਾ ਸੈਕਟਰ C12। ਸਾਡੇ ਨੇ ਸਾਥ ਨੇ ਸਰਦਾਰ ਹਰਜਿੰਦਰ ਸਿੰਘ ਦਲਗੀਰ ਜੀ, ਸਿੱਖ ਕੌਮ ਦੇ ਟੌਪ ਹਿਸਟੋਰੀਅਨ। ਔਰ ਅੱਜ ਲੋਹਗੜ੍ਹ ਬਾਰੇ ਇਹਨਾਂ ਨੂੰ ਅਸੀਂ ਸਪੈਸ਼ਲ ਬੇਨਤੀ ਕਰਕੇ ਬੁਲਾਇਆ ਹੈ। ਔਰ ਅੱਜ ਅਸੀਂ ਇਸ ਮੋਰਚਾ ਨਹੀਂ ਕਹਿ ਸਕਦੇ ਕਿ ਮੋਰਚੇ ਨੀਚੇ ਰਹਿ ਗਏ ਨੇ। ਇੱਕ ਰਿਹਾਇਸ਼ੀ ਸੈਕਟਰ ਹੈ ਸਿੰਘਾਂ ਦਾ, ਜੋ ਕਿ ਅਲੱਗ ਅਲੱਗ ਸਮੇਂ 'ਤੇ ਉਸਾਰਿਆ ਗਿਆ। ਔਰ ਐਗਜੈਕਟਲੀ ਮੋਰਚੇ ਦੀ ਦੀਵਾਰ 'ਤੇ ਉੱਪਰ ਬੈਠੇ ਨੇ। ਨਾਲ ਮੇਰੇ ਨੇ ਮੇਰੇ ਸਾਥੀ ਸਰਦਾਰ ਜਰਨੈਲ ਸਿੰਘ ਜੀ, ਮੇਰੇ ਸਾਥੀ ਸਤਪਾਲ ਸਿੰਘ ਜੀ। ਸਰ, ਕੈਸਾ ਮਹਿਸੂਸ ਕਰ ਰਹੇ ਤੁਸੀਂ? ਮੈਂ ਹੈਰਾਨ ਹੋ ਰਿਹਾ ਵੀ ਇਹ ਲੋਹਗੜ੍ਹ ਕਿਦਾਂ ਸੀਗਾ। ਲੋਕ ਤਾਂ ਸਮਝਦੇ ਸੀ ਇੱਕ ਅੱਧੀ ਪਹਾੜੀ ਹੋਣੀ ਹੈ ਅਤੇ ਛੋਟੀ ਦੀਵਾਰ ਹੋਣੀ ਜਿਹੜੀ ਉਹਨੇ ਢਾ ਲਈ। ਮੈਨੂੰ ਤਾਂ ਲੱਗਦਾ ਵੀ ਇਹਨੂੰ ਢਾਣ 'ਚ 20-25 ਸਾਲ ਲੱਗ ਗਏ ਉਹਨੇ ਘੱਟੋ ਘੱਟ। ਐਡੇ ਜ਼ਬਰਦਸਤ ਪਿੰਡ ਵਰਗੀ ਥਾਂ ਹਰ ਪਹਾੜੀ ਦੇ ਉੱਤੇ ਜੀ, ਇਹ ਕਮਾਲ ਹੈ। ਕਮਾਲਾ ਕਮਾਲ ਹੈ ਜੀ, ਮੀਨਾ ਵਿੱਚ ਫੈਲਿਆ ਹੋਇਆ ਜੀ। ਇਹ ਤਾਂ ਇੱਕ ਪਹਾੜੀ ਦੇ ਇੱਕ ਹਿੱਸੇ 'ਤੇ ਬੈਠੇ ਹਾਂ ਆਪਾਂ ਜੀ, ਅਤੇ ਇੱਥੇ ਤਾਂ ਆਲੇ ਦੁਆਲੇ ਹਜ਼ਾਰਾਂ 500 ਪਹਾੜੀ ਤਾਂ ਇੱਥੇ ਹੀ ਹੋਣੀ ਇਕੱਲੀ ਜੀ। ਅਤੇ ਜੇਕਰ ਉੱਧਰ ਨਾਹਨ ਵਾਲੇ ਪਾਸੇ ਚੱਲ ਜਾਓ ਤਾਂ 500,000 ਹੋਰ ਹੋਵੇਗੀ ਜੀ। ਇਹ 1,500-2,000 ਪਹਾੜੀ ਹੈ। ਇਹ ਕਿੱਡਾ ਥੋੜ੍ਹਾ ਸੀਗਾ, ਇਹ ਮਹਾਂ ਕਿਲਾ ਸੀ। ਕੀ ਅੰਦਾਜ਼ਾ ਲਾਉਂਦੇ ਹੋ ਕਿ ਕਿੰਨੇ ਸਾਲ ਲੱਗੇ ਹੋਣਗੇ? ਮੈਂ ਮਹਿਰਾਨਗੜ੍ਹ ਦਾ ਕਿਲਾ ਦੇਖਿਆ, ਚਿਤੌੜ ਦਾ ਦੇਖਿਆ, ਜੋਧਪੁਰ ਦੇਖਿਆ, ਜੂਨਾਗੜ੍ਹ ਦੇਖਿਆ, ਜੂਨਾਪੁਰ ਦੇਖਿਆ। ਮੈਂ ਦੇਖਦਾ ਵੀ ਇਹ ਸਾਰੇ ਕਿਲੇ ਇਕੱਠੇ ਕਰਦੇ ਤਾਂ ਵੀ ਉਸ ਤੋਂ ਵੱਡਾ ਸੀਗਾ। ਵੈਰੀ ਗੁੱਡ। ਮੇ ਬੀ ਇਹ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਏਰੀਆ ਵਾਈਜ਼ ਹੋਵੇ, ਅਤੇ ਜਿੱਦਾਂ ਟ੍ਰੈਂਚਿਸ ਬਣੀਆਂ ਹੋਈਆਂ ਨੇ ਇਹ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੀਆਂ। ਪਰ ਫਿਰ ਦੀਵਾਰ, ਉਹਦੇ ਪਿੱਛੇ ਫਿਰ ਦੀਵਾਰ, ਫਿਰ ਦੀਵਾਰ, ਦੋ ਦੋ ਤਿੰਨ ਤਿੰਨ ਲੇਅਰਸ ਜਿਹੜੀਆਂ ਲੇਨਸ ਜਿਹੜੀਆਂ ਦੀਵਾਰਾਂ ਦੀਆਂ ਬਣਾਈਆਂ, ਇਹਨੂੰ ਤਾਂ 20-25-40-50 ਸਾਲ 'ਚ ਹੀ ਕਿਲੇ ਨੂੰ ਖਤਮ ਕੀਤਾ ਗਿਆ ਹੋਵੇਗਾ। ਰਾਈਟ, ਇਹ ਦਿਨਾਂ ਮਹੀਨਿਆਂ ਸਾਲਾਂ ਦੀ ਗੱਲ ਨਹੀਂ ਹੈ। ਅਤੇ ਸਰ, ਮੁਖਲਿਸਗੜ੍ਹ ਬਾਰੇ ਤੁਹਾਡਾ ਕੀ ਖਿਆਲ ਹੈ ਜੀ? ਮੁਖਲਿਸਗੜ੍ਹ ਤਾਂ ਜਿਹੜਾ ਯਮੁਨਾ ਪਾਰ ਦੂਸਰੇ ਪਾਸੇ ਹੈ, ਇਹ ਉਹ ਨਹੀਂ, ਉਹ ਤਾਂ ਸ਼ਾਹਜਹਾਂ ਦਾ ਯਾਸ਼ੀ ਦਾ ਸੈਂਟਰ ਸੀਗਾ। ਔਰ ਉਹਦੇ 'ਚ ਕਿਲੇ ਵਾਲੀ ਗੱਲ ਘੱਟ ਹੈ, ਯਾਸ਼ੀ ਵਾਲੀ ਗੱਲ ਜ਼ਿਆਦਾ, ਰੈਜੀਡੈਂਸ ਵਾਲੀ ਗੱਲ ਹੈ। ਜਿੱਦਾਂ ਆਪਣੇ ਰੰਗ ਮਹਿਲ ਬਣਾਇਆ ਕਰਦੇ ਸਨ ਨਾ ਰਾਜੇ ਮਹਾਰਾਜੇ, ਉਹ ਰੰਗ ਮਹਿਲ ਹੈ। ਹੈ ਬਹੁਤ ਵਧੀਆ ਜਗ੍ਹਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਯਮੁਨਾ ਦਰਿਆ ਵਗਦਾ ਹੈ, ਰੋਮਾਂਟਿਕ ਆਪਣੇ ਆਪ 'ਚ ਹੀ ਹੋ ਜਾਂਦਾ ਹੈ। ਅਤੇ ਫਿਰ ਬਾਦਸ਼ਾਹਾਂ ਕੋਲ ਤਾਂ ਹਰ ਸਹੂਲਤ ਹੈ, ਵੱਡੇ ਵੱਡੇ ਬਾਗ ਲੱਗੇ ਹੋਣਗੇ ਜੇ ਉਸਦਾ ਦਾਇਰਾ ਦੇਖਿਆ ਜਾਵੇ। ਮਤਲਬ ਇੱਦਾਂ ਮਾਡਰਨ ਫੈਸਿਲਿਟੀਜ਼ ਵਾਲਾ ਜਿਹੜਾ ਰੰਗ ਮਹਿਲ ਹੈ ਨਾ ਮੁਖਲਿਸਗੜ੍ਹ ਵਰਗਾ, ਮੈਂ ਕਿਤੇ ਨਹੀਂ ਦੇਖਿਆ, ਈਵਨ ਵਿਦੇਸ਼ਾਂ 'ਚ ਨਹੀਂ ਦੇਖਿਆ। ਜੀ ਜੀ ਜੀ, ਜਿੱਥੇ ਬਾਥ ਸਿਸਟਮ ਹੈ, ਜਿੱਥੇ ਏਅਰ ਕੰਡੀਸ਼ਨਿੰਗ ਹੈ, ਜਿੱਥੇ ਹੀਟਿੰਗ ਹੈ, ਇਹ ਸਾਰੇ ਦੇ ਸਾਰੀਆਂ ਚੀਜ਼ਾਂ ਕਿਤੇ ਨਹੀਂ ਦੇਖੀਆਂ। ਅਤੇ ਮੁੱਖੀ ਗੱਲ ਇਹ ਹੈ ਕਿ ਲੋਹਗੜ੍ਹ ਅਤੇ ਮੁਖਲਿਸਗੜ੍ਹ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ ਔਰ ਕਾਫੀ ਦੂਰ ਦੂਰ ਨੇ। ਬਿਲਕੁਲ। ਔਰ ਸਿੱਧਾ ਰਸਤਾ ਹੀ 50 ਕਿਲੋਮੀਟਰ ਤੋਂ ਘੱਟ ਨਹੀਂ ਹੋਣਾ। ਜੀ ਜੀ ਜੀ। ਅੱਛਾ, ਦੂਸਰੀ ਬੇਨਤੀ ਮੈਂ ਇਹ ਗੱਲ ਕਰ ਰਿਹਾ ਜੀ ਕਿ ਬਾਬਾ ਬੰਦਾ ਸਿੰਘ ਬਹਾਦਰ 1709 'ਚ ਇੱਥੇ ਆਏ ਨੇ ਦਸੰਬਰ, ਜਾਂ 1710 ਦੇ ਸਟਾਰਟਿੰਗ ਈਅਰ 'ਚ ਹੀ ਆ ਗਏ ਨੇ। 10 'ਚ ਆਏ। ਹਾਂਜੀ, ਅਤੇ ਕੀ ਇਹ ਪੋਸੀਬਲ ਹੈ ਜੀ ਕਿ ਇਹ 2-4 ਮਹੀਨਿਆਂ 'ਚ ਤਿਆਰ ਕਰਤਾ ਹੋਏਗਾ? ਨਹੀਂ ਜੀ ਨਹੀਂ, ਇਹ ਤਾਂ ਤੁਸੀਂ ਦੇਖੋ, ਮੈਂ ਸਮਝਦਾ ਵੀ ਕਮ ਸੇ ਕਮ 40-50 ਸਾਲ ਇਸ ਨੂੰ ਬਣਾਉਣ ਨੂੰ ਲੱਗੇ ਹੋਣਗੇ। ਜੇ ਜਿਹੜੀ ਇਹਦੀ ਵਿਸ਼ਾਲਤਾ ਹੈ ਨਾ, ਤੁਸੀਂ ਦੇਖੋ 40-50 ਸਾਲ ਵੀ ਸ਼ਾਇਦ ਘੱਟ ਕਹਿ ਰਿਹਾ ਮੈਂ, ਇਹ ਅੱਧੀ ਸਦੀ ਤੋਂ ਕਿਤੇ ਜ਼ਿਆਦਾ ਸਮਾਂ ਲੱਗਾ ਹੋਵੇਗਾ। ਜੀ ਦਾ ਵੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰ ਰਾਏ ਸਾਹਿਬ ਵੇਲੇ ਵੀ ਬਣਦਾ ਰਿਹਾ ਹੋਵੇ। ਜੀ, ਮੈਂ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਹਰ ਰਾਏ ਸਾਹਿਬ 13 ਸਾਲ ਇਹਨਾਂ ਨਾਂ ਦੀਆਂ ਪਹਾੜੀਆਂ 'ਚ ਰਹੇ ਨੇ, ਅਤੇ ਕਿਆ ਸੰਭਵ ਹੈ ਵੀ ਇੱਥੇ ਵੀ ਆਏ ਹੁਣ? ਹੋ ਸਕਦਾ, ਕਿਉਂਕਿ ਇੰਨਾ ਸਮਾਂ ਜਿਹੜਾ ਹੈ ਉਹ ਖਾਲੀ ਬੈਠੇ ਤਾਂ ਨਹੀਂ ਰਹੇ, ਕੰਸਟਰਕਸ਼ਨ ਵੀ ਕਰਾਉਂਦੇ ਰਹੇ ਹੋਣਗੇ, ਦੀਵਾਰਾਂ ਦੀ ਪਲਾਨਿੰਗ ਵੀ ਬਣਾਉਂਦੇ ਰਹੇ ਹੋਣਗੇ। ਔਰ ਇਤਿਹਾਸਕਾਰ ਵੀ ਲਿਖਦੇ ਨੇ 2200 ਘੋੜਸਵਾਰ ਵੀ ਨਾਲ ਸੀ। ਘੋੜਸਵਾਰ ਸੀ ਉਹਨਾਂ ਕੋਲ। ਬਿਲਕੁਲ। ਉਮੀਦ ਹੈ ਕਿ ਜੇ ਤੁਸੀਂ ਇਸ ਪੀਰੀਅਡ ਨੂੰ ਗਿਣੋ ਅਤੇ ਤਿੰਨੇ ਜਿਹੜੇ ਬੱਚੇ ਉਹਨਾਂ ਦੇ, ਦੋਵੇਂ ਸਾਹਿਬਜ਼ਾਦੇ ਅਤੇ ਬੀਬੀ ਰੂਪ ਕੌਰ, ਉਹਨਾਂ ਦਾ ਜਨਮ ਵੀ ਇਹਨਾਂ ਪਹਾੜੀਆਂ ਵਿੱਚ ਹੀ ਹੋਇਆ ਹੋਵੇਗਾ। ਯਾਨੀ ਉਹ ਵੀ ਤੁਸੀਂ ਕਹਿ ਸਕਦੇ ਹੋ ਲੋਹਗੜ੍ਹ ਦੀ ਪੈਦਾਇਸ਼ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਗੋਬਿੰਦ ਸਿੰਘ ਸਾਹਿਬ ਜਦੋਂ 3 ਸਾਲ ਰਹੇ ਆ ਜੀ, ਮਈ 1985 ਤੋਂ ਲੈ ਕੇ ਅਕਤੂਬਰ 1688 ਤੱਕ ਪਾਉਂਟਾ ਸਾਹਿਬ, ਡੈਫੀਨੇਟਲੀ ਉਹ ਵੀ ਆਏ ਹੋਣਗੇ। ਕਿਉਂਕਿ ਪਾਉਂਟਾ ਸਾਹਿਬ ਇੰਨੀ ਜਗ੍ਹਾ ਨਹੀਂ ਹੈਗੀ ਵੀ ਜਿਹੜਾ ਤੁਸੀਂ ਉੱਥੇ ਇੰਨੇ ਸਾਲ ਬੈਠੇ ਰਹੋ, ਕਿਉਂਕਿ ਇਹ ਤਾਂ ਪਿੱਛੋਂ ਗੱਲ ਫੈਲਾਤੇ ਵੀ ਕਵੀ ਦਰਬਾਰ ਲਾਉਂਦੇ ਨੇ। ਕਵੀ ਦਰਬਾਰ ਤਾਂ ਜਿਹੜਾ ਹਫ਼ਤੇ 'ਚ ਇੱਕ ਵਾਰੀ, ਮਹੀਨੇ 'ਚ ਇੱਕ ਵਾਰੀ ਲੱਗਦਾ ਹੋਏਗਾ, ਅਤੇ ਬਾਕੀ ਸਾਰਾ ਸਮਾਂ ਜਿਹੜਾ ਜੰਗੀ ਮਸ਼ਕਾਂ ਚੱਲਦੀਆਂ ਹੋਣਗੀਆਂ। ਜੀ ਜੀ। ਨਾਹਨ ਦੇ ਰਾਜੇ ਨੂੰ ਪ੍ਰੋਟੈਕਸ਼ਨ ਦਿੰਦੇ ਰਹੇ ਹੋਣਗੇ, ਉਹਦੀ ਪ੍ਰੋਟੈਕਸ਼ਨ ਵਾਸਤੇ ਵੀ ਇਹ ਸਾਰਾ ਕੁਝ ਜਿਹੜਾ। ਅਸਲ 'ਚ ਮੈਂ ਸਮਝਦਾ ਵੀ ਨਾਹਨ ਦੇ ਰਾਜਾ ਜੇਕਰ ਇਹ ਕਿਲ੍ਹਾ ਬਣਿਆ ਰਹਿੰਦਾ ਅਤੇ ਇਹ ਪਹਾੜੀ ਰਾਜੇ ਜਿਹੜੇ ਨੇ ਕੋਆਪਰੇਟ ਕਰਦੇ, ਤਾਂ ਕੋਈ ਦੁਨੀਆਂ ਦੀ ਤਾਕਤ ਜਿਹੜੀ ਹੈ ਪਹਾੜੀਆਂ ਦਾ ਰਾਜ ਖਤਮ ਨਹੀਂ ਸੀ ਕਰ ਸਕਦੀ। ਰਾਈਟ ਰਾਈਟ। ਅਤੇ ਇਤਿਹਾਸ 'ਚ ਇਹ ਵੀ ਆਉਂਦਾ ਹੈ ਕਿ ਜਿਹੜਾ ਨਾਹਨ ਦਾ ਰਾਜਾ
ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਪੋਲੀਟੀਕਲ ਪ੍ਰਿਜ਼ਨਰ ਸੀ ਗਵਾਲੀਅਰ ਦੇ ਕਿਲੇ ਦੇ ਵਿੱਚ। ਹਾਂਜੀ। ਔਰ ਜਦੋਂ ਪਹਿਲੀ ਜੰਗ ਹੁੰਦੀ ਆ 1626 ਦੇ ਵਿੱਚ ਮਿਲਣ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਲੋਹਗੜ੍ਹ ਅੰਮ੍ਰਿਤਸਰ। ਹਾਂਜੀ। ਔਰ ਉੱਥੇ ਜਾ ਕੇ ਤਿੰਨ ਹਿੰਦੂਆਰ ਦੇ ਵੀ ਰਾਜਾ, ਬਿਲਾਸਪੁਰ ਦਾ ਵੀ ਰਾਜਾ, ਹਾਂਜੀ ਨਾਂ ਦਾ, ਹਾਂਜੀ ਕਲਿਆਣ ਚੰਦ ਜਿਹੜਾ ਬਿਲਾਸਪੁਰ ਦਾ, ਕਰਮ ਚੰਦ ਇੱਥੋਂ ਦਾ ਨਾਹਨ ਦਾ, ਅਤੇ ਖੰਡੂਰ ਦਾ ਰਾਜਾ ਹਰੀਚੰਦ ਸ਼ਾਹ ਜੀ, ਇਹ ਖੰਡੂਰ ਅੱਜ ਕੱਲ੍ਹ ਨਾਲਾਗੜ੍ਹ ਜੀ ਨੂੰ ਕਹਿੰਦੇ ਆ। ਇਹ ਤਿੰਨ ਰਾਜਿਆਂ ਦੇ ਤਾਂ ਬਿਲਕੁਲ ਨਾਂ ਆਉਂਦੇ ਆ। ਉੱਥੇ ਆ ਕੇ ਗੁਰੂ ਸਾਹਿਬ ਨੂੰ ਕਲਿਆਣ ਚੰਦ ਸਭ ਤੋਂ ਪਹਿਲਾਂ ਕਹਿੰਦਾ ਵੀ ਸਾਡੀ ਰਿਆਸਤ ਦੇ ਵਿੱਚ ਤੁਸੀਂ ਆਪਣਾ ਸੈਂਟਰ ਕਾਇਮ ਕਰੋ ਜੀ। ਨੀਅਤ ਉਹਦੀ ਕਿ ਉਹਨੂੰ ਪ੍ਰੋਟੈਕਸ਼ਨ ਮਿਲੇ ਜੀ। ਨਾਂ ਦਾ ਰਾਜਾ ਜਿਹੜਾ ਉਹ ਵੀ ਕਹਿੰਦਾ ਵੀ ਮੈਨੂੰ ਪ੍ਰੋਟੈਕਸ਼ਨ ਮਿਲੇ, ਉਹ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਜੀ ਜੀ। ਅਤੇ ਉਹ ਇਸ ਹਿਸਾਬ ਨਾਲ ਤੁਸੀਂ ਦੇਖੋ ਲੋਹਗੜ੍ਹ ਤੋਂ ਨਾਹਨ ਤੱਕ ਜਿਹੜਾ ਇਹ ਸਾਰੀ ਸਿੱਖ ਰਿਆਸਤ ਸੀ, ਜਿਹੜਾ ਕਿ ਤਕਰੀਬਨ 7-8-10-20 ਹਜ਼ਾਰ ਏਕੜ ਸ਼ਾਇਦ ਇਸ ਤੋਂ ਵੀ ਕਿਤੇ ਜ਼ਿਆਦਾ ਏਰੀਆ ਹੋਵੇ। ਇਹ ਸਾਰੀ ਪਹਾੜੀਆਂ ਲਾ ਲਓ ਅਤੇ 60-70 ਕਿਲੋਮੀਟਰ ਅਤੇ 40-50 ਕਿਲੋਮੀਟਰ ਇਹਨਾਂ ਕੁ ਰੇਂਜ ਬਣ ਜਾਂਦਾ। ਰਾਈਟ ਰਾਈਟ। ਇਹ ਦਾਬੜ ਦਾ ਇਲਾਕਾ ਜਿਹੜਾ ਨਾ, ਰਾਈਟ, ਇਹ ਸਾਰੇ ਦਾ ਸਾਰਾ ਇਲਾਕਾ ਤੁਸੀਂ ਦੇਖੋ, ਇੱਥੇ ਨਿਸ਼ਾਨੀਆਂ ਤੁਹਾਨੂੰ ਮਿਲਦੀਆਂ, ਰਾਈਟ, ਜਿਹੜੀਆਂ ਟ੍ਰੈਂਚਿਸ ਦੀਆਂ ਪੁਰਾਣੀਆਂ। ਰਾਈਟ। ਅਤੇ ਇੱਕ ਜਿੱਦਾਂ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਉਸਾਰਨ ਦੀ ਡਿਊਟੀ ਦਿੱਤੀ ਗਈ ਗੁਰੂ ਸਾਹਿਬ ਦੁਆਰਾ, ਔਰ ਗੁਰੂ ਹਰ ਰਾਏ ਸਾਹਿਬ ਨੂੰ ਆਪਣਾ ਲੋਹਗੜ੍ਹ ਦੀ ਡਿਊਟੀ ਕੀਤੀ ਗਈ ਜੋ 13 ਸਾਲ ਉਹ ਬਿਤਾਉਂਦੇ ਨੇ। ਅਤੇ ਇੱਥੇ ਅਸੀਂ ਕੱਲ੍ਹ ਕੁਛ ਵੈਲ ਵੀ ਦੇਖੇ ਨੇ, ਅਤੇ ਇਸ ਪਰ ਲੋਕਲ ਫੋਕਲੋਰਸ ਕੀ ਤੁਸੀਂ ਮਹਿਸੂਸ ਕੀਤਾ ਜੀ ਉਹਨਾਂ ਨੂੰ? ਦੇਖੋ ਜਿਹੜਾ ਕੀਰਤਪੁਰ ਹੈ ਇਹ 1624 ਵਿੱਚ ਜਦੋਂ ਇਹ ਗਏ ਨੇ ਅਤੇ ਇਹਨਾਂ ਨੇ ਕਲਿਆਣ ਚੰਦ ਲੈ ਕੇ ਆਇਆ, ਅਤੇ ਕਲਿਆਣ ਚੰਦ ਦੀ ਰਿਆਸਤ ਸੀਗੀ ਕੀਰਤਪੁਰ ਦਾ ਇਲਾਕਾ, 4 ਪਿੰਡਾਂ ਦੀ ਜ਼ਮੀਨ ਉਹਨਾਂ ਨੇ ਲਈ ਸੀਗੀ ਜੀ। ਤੋ ਉੱਥੇ ਵਸਾਇਆ। ਉਸ ਤੋਂ ਬਾਅਦ ਇਹ ਜਿਹੜਾ ਲੋਹਗੜ੍ਹ ਦਾ ਹੈ ਇਹ ਤਾਂ ਬਹੁਤ ਲੰਬਾ ਚੱਕਰ ਹੈ। ਇਹ ਖਾਲੀ ਗੁਰੂ ਸਾਹਿਬ ਇੱਥੇ ਬੈਠ ਕੇ ਅਤੇ ਨਿਗਰਾਨੀ ਨਹੀਂ ਕਰਦੇ ਰਹੇ। ਤੁਸੀਂ ਦੇਖੋ ਇਹਦੇ 'ਚ ਭਾਈ ਲੱਖੀ ਰਾਏ ਵਣਜਾਰਾ ਵੀ ਸ਼ਾਮਿਲ ਹੈ, ਲੱਖੀ ਰਾਏ ਵਣਜਾਰਾ ਦੇ ਖੂਹ ਮੌਜੂਦ ਨੇ। ਫਿਰ ਤੁਸੀਂ ਦੇਖੋ ਜਿਹੜੀ ਇਹ ਚੂਨੇ ਦੇ ਨਾਲ ਲਾਈਮ ਦੇ ਨਾਲ ਚਿਣਾਈ ਕੀਤੀ ਗਈ ਹੈ, ਇਸ ਚਿਣਾਈ ਦਾ ਸਾਰਾ ਸਮਾਨ ਸਪਲਾਈ ਕਰਨ ਵਾਲਾ ਭਾਈ ਲੱਖੀ ਰਾਏ ਵਣਜਾਰਾ, ਲੱਖੀ ਸ਼ਾਹ ਵਣਜਾਰਾ। ਅਤੇ ਲੱਖੀ ਰਾਏ ਵਣਜਾਰੇ ਦੇ ਇੱਥੇ 3 ਖੂਹ ਤਾਂ ਸਾਨੂੰ ਸ਼ਰੇਆਮ ਨਜ਼ਰ ਆ ਗਏ, ਪਤਾ ਨਹੀਂ ਕਿੰਨੇ ਹੋਣਗੇ। ਔਰ ਲੋਕ ਇੱਥੋਂ ਦੇ ਦੱਸਦੇ ਨੇ ਵੀ ਉਹਨਾਂ ਕੋਲ 1 ਲੱਖ ਬਲਦ ਘੋੜੇ ਵਗੈਰਾ ਵਗੈਰਾ ਸਨ ਜਿਹਨਾਂ 'ਤੇ ਸਮਾਨ ਲੱਦੇ ਹੁੰਦੇ ਸਨ। ਔਰ ਇਹ ਸਮਾਨ ਇਸ ਤਰ੍ਹਾਂ ਆ ਵੀ ਨਹੀਂ ਸਕਦਾ, ਕੱਚਾ ਪਹਾੜ ਹੈ, ਕੱਚੇ ਪਹਾੜ ਵਿੱਚ ਇੰਨੀਆਂ ਚਟਾਨਾਂ, ਇੰਨੇ ਪੱਥਰ, ਇੰਨੀਆਂ ਨਾਨਕਸ਼ਾਹੀ ਇੱਟਾਂ ਜਿਹੜੀਆਂ ਨੇ ਉਹ ਨਜ਼ਰ ਆਉਣ ਰਹੀਆਂ ਨੇ। ਇਹ ਇੱਕ ਸੌਖਾ ਕੰਮ ਨਹੀਂ ਸੀਗਾ ਸੱਚੀ ਮੁੱਚੀ। ਕੋਈ ਲੱਖੀ ਰਾਏ ਵਣਜਾਰਾ ਜਾਂ ਬੱਖਣ ਸ਼ਾਹ ਡੁਬਾਣਾ ਜਾਂ ਹੋਰ ਜਿਹੜੇ ਸਨ, ਸੁਖਚੈਨ ਸਿੰਘ, ਇਹ ਸੁਖਚੈਨ ਸਿੰਘ ਦਾ ਵੀ ਇੱਕ ਨਾਂ ਆਉਂਦਾ ਉਹਦੇ ਨਾਲ, ਤਾਂ ਸੁਖਚੈਨਪੁਰਾ ਹੈ। ਤੋ ਇਹ ਸਾਰਾ ਜਿਹੜਾ ਕੰਮ ਇਹਨਾਂ ਦੀ ਮਦਦ ਦੇ ਨਾਲ ਹੀ ਹੋਏਗਾ, ਯਾਨੀ ਸਿੱਖ ਸੰਗਤਾਂ ਦੀ ਕਾਰ ਸੇਵਾ ਇਹਦੇ 'ਚ ਸ਼ਾਮਿਲ ਹੋਏਗੀ। ਬਿਲਕੁਲ ਬਿਲਕੁਲ। ਔਰ ਇਹ ਸਾਰੇ ਦੇਖੋ ਤੁਸੀਂ ਜਿੰਨੇ ਵੀ ਇਹ ਨਾ ਲੱਖੀ ਰਾਏ ਵਣਜਾਰਾ, ਕੋਈ ਅਦਰਵਾਈਜ਼ ਸਿਰਫ ਵਪਾਰੀ ਨਹੀਂ ਸੀ, ਇਹ ਮਨਸਬਦਾਰ ਵੀ ਸਨ, ਇਹਨਾਂ ਕੋਲ ਹਜ਼ਾਰਾਂ ਫੌਜਾਂ ਹੁੰਦੀਆਂ ਸਨ। ਰਾਈਟ ਰਾਈਟ ਜੀ, ਬਿਲਕੁਲ ਠੀਕ ਹੈ। ਔਰ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੀ ਬੇਟੀ ਬੀਬੀ ਸੀਤੋ ਜੀ, ਹਾਂਜੀ, ਜਿਹਦਾ ਨਾਮ ਬਾਅਦ 'ਚ ਕੌਲ ਲੈਣ ਤੋਂ ਬਾਅਦ ਬਸੰਤ ਕੌਰ, ਬਸੰਤ ਕੌਰ ਹੋ ਗਿਆ ਜੀ। ਔਰ ਉਹਨਾਂ ਨੇ ਭਾਈ ਮਨੀ ਸਿੰਘ ਜੀ ਧਰਮ ਪਤਨੀ ਨੇ, ਅਤੇ ਉਹਨਾਂ ਦੇ ਜਦੋਂ ਅਸੀਂ ਪਡਿਗਰੀ ਟੇਬਲ ਦੇਖਦੇ ਹਾਂ ਅਤੇ ਉਹ ਪਡਿਗਰੀ ਟੇਬਲ ਦੇ ਵਿੱਚ ਫਸਟ ਕੁਰਬਾਨੀ 1634 'ਚ ਸ਼ੁਰੂ ਹੋ ਜਾਂਦੀ ਹੈ। ਫਸਟ ਕੁਰਬਾਨੀ ਜਿਹੜੀ ਹੈ ਉਹ 1621 ਦੀ ਹੈ। ਓਕੇ। ਹਾਂ, ਇਹ 21 'ਚ ਪਰਿਵਾਰ ਹੈ। 1634 ਭਾਈ ਬੱਲੂ ਜਿਹੜਾ ਸ਼ਹੀਦ ਹੁੰਦੇ ਆ, ਜੀ ਜੀ ਜੀ, ਹਾਂਜੀ, ਭਾਈ ਬੱਲੂ ਦੀ 13 ਅਪ੍ਰੈਲ 1634 ਦੀ ਹੈ। ਹਾਂਜੀ। ਫਿਰ ਉਹਨਾਂ ਦੇ ਭਰਾਵਾਂ ਵਿੱਚੋਂ ਅਤੇ ਉਹਨਾਂ ਦੇ ਪੁੱਤਰਾਂ ਵਿੱਚੋਂ ਮਾਈ ਦਾਸ ਤਾਂ ਸ਼ਹੀਦ ਨਹੀਂ ਹੋਏ, ਪਰ ਮਾਈ ਦਾਸ ਦੇ ਕਿੰਨੇ ਭਾਈ ਸ਼ਹੀਦ ਹੋਏ ਆ। ਭਾਈ ਮਨੀ ਸਿੰਘ ਦਾ 1 ਨੂੰ ਛੱਡ ਕੇ ਸਾਰੇ ਭਰਾ ਸ਼ਹੀਦ ਹੋਏ ਆ। ਭਾਈ ਮਨੀ ਸਿੰਘ ਦੇ 10 ਪੁੱਤਰਾਂ 'ਚੋਂ 8 ਸ਼ਹੀਦ ਹੋਏ ਆ। ਪਹਿਲੀ ਕੁਰਬਾਨੀ ਜੋ ਹੈ ਗੁਰੂ ਹਰਗੋਬਿੰਦ ਸਾਹਿਬ ਨਾਲ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੀ, ਔਰ ਜੋ ਲਾਸਟ ਕੁਰਬਾਨੀਆਂ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਤੱਕ ਹੁੰਦੀਆਂ। ਸਿਮੀਲਰਲੀ ਇਸ ਕਿਲੇ ਬਾਰੇ ਵੀ ਅਸੀਂ ਇਹ ਜੋ ਆਰਕਿਓਲੋਜੀਕਲ ਐਵੀਡੈਂਸਿਸ ਆਈਆਂ, ਟਾਈਮ ਮੋਸ਼ਨ ਸਟੱਡੀਜ਼ ਆਈਆਂ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਆਈਆਂ। ਅਤੇ ਕੁਛ ਸੀਕ੍ਰੇਟ ਮਿਸ਼ਨ ਜਾਪਦਾ ਹੈ ਜਿਸ ਤਰੀਕੇ ਨਾਲ, ਮਤਲਬ ਅਲਟੀਮੇਟਲੀ ਸਰਕਾਰ ਦੇ ਦਰਬਾਰੇ ਨਜ਼ਰ ਬਚਾ ਕੇ ਇੱਕ ਕਾਫੀ ਜ਼ੁਲਮ ਜ਼ਬਰ ਨੂੰ ਖਤਮ ਕਰਨ ਦੀ ਇੱਥੋਂ ਤਿਆਰੀ ਕੀਤੀ ਗਈ, ਔਰ ਜਿੱਥੇ ਇੱਕ ਇਕੁਐਲਿਟੀ ਦੀ ਗੱਲ ਫਸਟ ਟਾਈਮ ਇਨ ਦਾ ਵਰਲਡ ਹਿਸਟਰੀ ਇੱਥੋਂ ਦੀ ਜੋ ਟਰਮ ਹੈ ਕੋਇਨ ਕੀਤੀ ਗਈ ਹੈ ਸਰ, ਐਲਾਨੀ ਗਈ ਹੈ। ਬਿਲਕੁਲ। ਦੇਖੋ ਵੀ ਇਹ ਕਿਲ੍ਹਾ ਜਿਹੜਾ ਮੇਰੇ ਹਿਸਾਬ 'ਚ ਇਹ 1624 'ਚ ਜਦੋਂ ਕੀਰਤਪੁਰ ਬਣਿਆ ਨਾ ਉਦੋਂ ਹੀ ਇਸ ਦੀ ਰੱਖੀ ਗਈ ਹੈ, ਔਰ 1624 ਤੋਂ 1712 ਤੱਕ ਇਹ ਕਿਲ੍ਹਾ ਬਣਦਾ ਰਿਹਾ, 13 ਤੱਕ ਵੀ ਬਣਦਾ ਰਿਹਾ। ਅਤੇ ਇਹ ਤਾਂ ਹੀ ਕਹਿ ਇਹ ਘੱਟੋ ਘੱਟ 60-70-80 ਸਾਲ ਦੀ ਗੱਲ ਹੈ ਇਸ ਕਿਲ੍ਹੇ ਨੂੰ ਬਣਾਉਣ 'ਚ ਲੱਗੇ। ਤੁਸੀਂ ਇੱਕ ਪਹਾੜੀ ਦੇਖ ਲਓ, ਇੱਕ ਪਹਾੜੀ 'ਤੇ ਜੋ ਕੁਛ ਬਣਦਾ ਪਿਆ ਨਾ ਉਹ 5 ਸਾਲ ਦਾ ਕੰਮ ਹੈ ਜੀ ਜੀ। ਦੇਖ ਲਓ ਕਿੰਨੀਆਂ ਪਹਾੜੀਆਂ, ਕਿੰਨੀ ਪਹਾੜੀਆਂ, ਕਿੰਨੇ ਬੰਦੇ ਇੱਥੇ ਕੰਮ ਕਰਦੇ ਹੋਣਗੇ। ਅਤੇ ਜਦੋਂ ਇਹਨਾਂ ਨੂੰ ਢਾਇਆ ਮੁਗਲਾਂ ਨੇ ਬਾਂਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਅਤੇ ਇਸ ਨੂੰ ਢਾਉਣ ਵਿੱਚ ਵੀ ਇਸ ਤਰ੍ਹਾਂ ਅਸੀਂ ਜਾਣਦੇ ਕਿ ਮੱਸਾ ਰੰਗੜ ਦੀ ਡਿਊਟੀ ਲਾਈ ਗਈ ਹੈ ਜੀ ਜੀ, ਕਿਉਂਕਿ ਮੱਸਾ ਰੰਗੜ ਦਾ ਮਹਿਲ ਹੈ ਇੱਥੇ ਜੀ ਜੀ। ਉਹ
ਮਛਰੌਲੀ ਪਿੰਡ ਦੇ ਵਿੱਚ, ਮਛਰੌਲੀ ਪਿੰਡ 'ਚ ਉਹ ਵੀ ਜਿਹੜਾ ਕੰਮ ਹੈ ਹਜ਼ਾਰਾਂ ਲੋਕਾਂ ਨੇ ਕੀਤਾ ਹੈਗਾ, ਇੱਕ ਅੱਧੇ ਬੰਦੇ ਨੇ ਨਹੀਂ, ਔਰ ਇਸ ਤੋਂ ਵੀ 25-40 ਸਾਲ ਆਰਾਮ ਨਾਲ ਲੱਗਦੇ, ਜਿਹਨੂੰ ਬਣਾਉਣ 'ਚ 70-80 ਸਾਲ ਲੱਗਦੇ ਆ ਔਰ ਇੰਨਾ ਮਜ਼ਬੂਤ ਹੈ, ਉਹਨੂੰ ਢਾਉਣ ਵਿੱਚ ਵੀ ਜਿਹੜਾ ਹੈ 40-50 ਸਾਲ ਤੋਂ ਘੱਟ ਦਾ ਸਮਾਂ ਨਹੀਂ ਲੱਗਾ ਹੈਗਾ, ਕਿਉਂਕਿ ਇਹਨਾਂ ਪੱਥਰਾਂ ਨੂੰ ਧੱਕਾ ਮਾਰਨਾ ਕਿਹੜਾ ਸੌਖਾ ਹੈ, ਬਿਲਕੁਲ ਧੱਕਾ ਹੀ ਨਹੀਂ ਮਾਰ, ਫਿਰ ਤੋੜਨਾ, ਕਈ ਤੋੜਿਆ ਤੋੜ ਕੇ ਸੁੱਟੇ ਆ। ਹਾਂਜੀ, ਤੁਹਾਡਾ ਕੀ ਵਿਚਾਰ ਹੈ ਕਿ ਜੋ ਤੁਸੀਂ, ਤੁਹਾਨੂੰ ਇੱਕ ਅਸੀਂ ਕੱਲ੍ਹ ਕਿਲ੍ਹਾ ਦਿਖਾਇਆ ਸੰਧਾਏ ਪਿੰਡ ਦੇ ਵਿੱਚ, ਔਰ ਜੋ ਇਹਨਾਂ ਦੀ ਫਸਟ ਸੇਫਟੀ ਪੁਆਇੰਟ ਹੈ ਜਾਂ ਕਿਲ੍ਹਾ ਹੈ ਸੰਧਾਏ ਪਿੰਡ ਦੇ ਵਿੱਚ, ਉਹ 'ਚੋਂ ਕੀ ਇਨਫਰੈਂਸ ਨਿਕਲਦਾ ਜੀ? ਦੇਖੋ ਤੁਸੀਂ, ਜਰਾ ਸਿੰਘ ਦਾ ਜਿਹਨੂੰ ਕਿਲ੍ਹਾ ਕਹਿੰਦੇ, ਐਕਚੁਅਲੀ ਜਰਾ ਸਿੰਘ ਦਾ ਤਾਂ ਨਾਂ ਦੇ ਦਿੱਤਾ ਗਿਆ, ਮਿਥਾਸ ਹੈ 'ਚ ਇਸ ਤਰ੍ਹਾਂ ਹਰ ਕਿਲ੍ਹੇ ਨੂੰ ਕੋਈ ਨਾ ਕੋਈ ਨਾਂ ਦਿੱਤਾ ਜਾਂਦਾ ਹੈ, ਉਹ ਇੱਕ ਮੈਂ ਸਮਝਦਾ ਵੀ ਅਰਲੀ ਸਟੇਜ ਹੈ ਲੋਹਗੜ੍ਹ ਦੇ, ਪਹਿਲੇ ਜਿਹੜੇ ਡਿਫੈਂਸ